जी की साजिश है, असी ओदा वोट ना करें, हले दा जवाब देना है ता लड़ सकते हैं। ठीक है, इत्थे कोई सानू किसे ने सुनेहा लाता, तुसी कट्ठे होके आ गए, तुहानू पता लगा कौन गाउण वाले कलाकारां ने आउणा है, किसे मेरे वर्गे ने आउणा सुणन आ गए। पर भरावो जिहड़ियां कौमां अपने हक्कां प्रति नहीं जागदियां, कौमां कदे जित नहीं सकदियां। मैं आनंदपुर साहब के मते दियां वो 18 मंगां च पढ़ूंगा ते उत्ते आपां विचार भी करांगे। आ महिला दे विच हैगा यार, सारे इत्थे पढ़ सकदे हो तुसी, ਇਹ ਆਪਾਂ ਨੂੰ ਇਹ ਨਹੀਂ ਕਿ ਦੂਰੋਂ ਲਿਆਉਣ ਦੀ ਲੋੜ ਹੈ, ਸਿੱਖਣ ਦੀ ਲੋੜ ਹੈ, ਸਾਰਿਆਂ ਦੇ ਮੋਬਾਈਲਾਂ ਦੇ ਵਿੱਚ ਹੈ। ਅਨੰਦਪੁਰ ਸਾਹਿਬ ਦਾ ਪਤਾ ਹੈ, ਰਾਜੀਵ ਲੌਂਗੋਵਾਲ ਸਮਝੌਤਾ ਵੀ ਹੋਇਆ, ਉਸ ਤੋਂ ਬਾਅਦ ਉਹ ਅਨੰਦਪੁਰ ਸਾਹਿਬ ਦੇ ਬੰਦੇ ਤੇ ਹੋਇਆ। ਤਾਂ ਪਹਿਲੀ ਮੰਗ ਸੀ ਅਨੰਦਪੁਰ ਸਾਹਿਬ ਦੇ ਬਦਲੀ ਨੌਜਵਾਨੋ, ਗੌਰ ਕਰਿਓ, ਜਾ ਕੇ ਪੜ੍ਹਿਓ ਵੀ ਆਪਣੇ ਜਿਹਨ ਆਪਣੇ ਦਿਮਾਗ ਆਪਣੇ ਦਿਲ ਚ ਵਸਾ ਕੇ ਲਿਆਓ ਗੱਲਾਂ ਕਿ ਸਾਡੇ ਹੱਕ ਕੀ ਨੇ, ਸਾਡੀਆਂ ਮੰਗਾਂ ਕੀ ਨੇ, ਅਸੀਂ ਲੜਨਾ ਕਿਹਦੇ ਲਈ ਆ। ਤਾਂ ਪਹਿਲੀ ਮੰਗ ਸੀ ਕਿ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ 94% ਕੁਰਬਾਨੀਆਂ ਕੀਤੀਆਂ ਨੇ। ਇਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆ ਪੰਜਾਬ ਨੂੰ ਵੀ ਜਿਵੇਂ ਕੈਨੇਡਾ ਅਮਰੀਕਾ ਵਰਗੇ ਸੂਬਿਆਂ ਕੋਲ ਖੁਦ ਮੁਖਤਿਆਰੀ ਹੈ, ਵੱਧ ਅਧਿਕਾਰ ਨੇ, ਉਹ ਪੰਜਾਬ ਨੂੰ ਉੱਤੇ ਜਾਣ। ਕੀ ਅਸੀਂ ਇਸ ਗੱਲ ਨਾਲ ਸਹਿਮਤ ਹਾਂ, ਖੜੇ ਕਰਕੇ ਦੱਸੋ। ਸਾਡੇ ਸਾਰੇ ਹੱਕ ਇੱਕ ਇੱਕ ਕਰਕੇ ਖੋਹ ਲਏ ਗਏ, ਕਦੇ ਸਾਡੀ ਰਾਜਧਾਨੀ, ਕਦੇ ਪੰਜਾਬੀ ਬੋਲਦੇ ਇਲਾਕੇ, ਕਦੇ ਸਾਡਾ ਪਾਣੀ, ਆ ਸਾਡੀ ਆ ਜਿਹੜੀ ਕਿਸਾਨੀ ਖੋਲੀ ਜਾ ਰਹੀ ਹੈ, ਸਾਡੀ ਜ਼ੁਬਾਨ ਨੂੰ ਮਾਰਿਆ ਜਾ ਰਿਹਾ ਹੈ। ਅਸੀਂ ਕਿਉਂ, ਸਾਡੇ ਨਾਲ ਇਹ ਹਾਲਾਤ ਵਾਪਰੇ ਨੇ, ਕਿਉਂਕਿ ਅਸੀਂ ਇਹ ਭੁੱਲ ਗਏ ਆ, ਜਾਂ ਸਾਨੂੰ ਜਾਣ ਬੁੱਝ ਕੇ ਗੱਲਾਂ ਮੰਗਾਂ ਭੁਲਾ ਦਿੱਤੀਆਂ ਗਈਆਂ ਨੇ। ਦੂਜੀ ਮੰਗ ਸੀਗੀ ਕਿ ਪੰਜਾਬ ਵਿੱਚੋਂ ਲੰਘਦੇ ਦਰਿਆਵਾਂ ਨੂੰ ਜਿਹੜਾ ਇੰਟਰਨੈਸ਼ਨਲ ਕਾਨੂੰਨ ਆ, ਰਾਜਤਰੀ ਕਾਨੂੰਨ ਕਹਿੰਦੇ ਆ, ਜਿਹਨੂੰ ਲਾ ਕਹਿੰਦੇ ਆ, ਉਹਦੇ ਹਿਸਾਬ ਨੂੰ ਪਾਣੀਆਂ ਦਾ ਕਰਜ਼ੇ ਦਾ ਹੱਕ ਪੰਜਾਬ ਨੂੰ ਮਿਲਣਾ ਚਾਹੀਦਾ ਹੈ। ਕੀ ਇਹ ਮੰਗ ਬਹਿ ਸਕਦਾ? ਸੋ ਸਿਧਾਂਤ ਕਿੱਥੋਂ ਨਿਕਲਿਆ ਹੈ? ਮੀਰੀ ਤੇ ਪੀਰੀ ਦਾ, ਉਹ ਅਕਾਲ ਤਖਤ ਸਾਹਿਬ ਦਾ ਮੀਰੀ ਤੇ ਪੀਰੀ ਦਾ ਸਿਧਾਂਤ ਕੀ ਆ? ਅਕਾਲ ਦਾ ਤਖਤ ਆ, ਉਹ ਅਕਾਲ ਦਾ ਅਕਾਲ ਪੁਰਖ ਦਾ ਤਖਤ ਆ, ਜਿੱਥੋਂ ਮੀਰੀ ਕਿਰਦਾਰ ਤੇ ਸਿਆਸਤ ਨਾਲ ਸੰਬੰਧਿਤ ਆ, ਪੀਰੀ ਧਰਮ ਨਾਲ ਸੰਬੰਧਿਤ ਆ। ਇਹਦਾ ਮਤਲਬ ਸਿਆਸਤ ਕਿਹੜੀ ਹੋਵੇ ਉਹ ਵੀ ਅਕਾਲ ਪੁਰਖ ਦੀ ਸਿਆਸਤ ਹੋਵੇ, ਧਰਮ ਕਿਹੜਾ ਹੋਵੇ ਅਕਾਲ ਪੁਰਖ ਦਾ ਧਰਮ ਹੋਵੇ। ਸੋ ਅਸੀਂ ਇਹਦੇ ਚ ਹੁਣ ਇਹੀ ਗੱਲ ਵਾਪਸ ਸਰਬੱਤ ਦੇ ਭਲੇ ਤੇ ਆਉਣੀ ਆ, ਜਦੋਂ ਅਕਾਲ ਪੁਰਖ ਦੀ ਸਿਆਸਤ ਕਰਨੀ ਆ, ਅਕਾਲ ਦੇ ਧਰਮ ਦੇ ਰਾਹੀਂ ਕਰਨੀ ਆ, ਉਦੋਂ ਇਕੱਲੇ ਸਿੱਖਾਂ ਲਈ ਹੋਊਗੀ? ਉਹ ਨਹੀਂ, ਉਹ ਫਿਰ ਹਿੰਦੂਆਂ ਲਈ ਵੀ ਹੋਊਗੀ, ਉਹ ਮੁਸਲਮਾਨਾਂ ਲਈ ਵੀ ਹੋਊਗੀ, ਉਹ ਦਲਿਤ ਭਰਾਵਾਂ ਲਈ ਵੀ ਹੋਊਗੀ। ਅਸੀਂ ਹਿੰਦੂ ਨੂੰ ਕਹਾਂਗੇ ਬਾਈ ਪੱਕੇ ਹਿੰਦੂ ਬਣੋ, ਤੁਹਾਡੇ ਨਾਲ ਖੜੇ ਆ, ਤੁਹਾਡੇ ਤੇ ਕਿਸੇ ਨੇ ਧੱਕਾ ਕੀਤਾ, ਤੁਹਾਡੇ ਨਾਲ ਜਬਰ ਜੋਰ ਕੀਤਾ, ਤੁਹਾਡੇ ਨਾਲ ਖੜੇ ਆ। ਮੁਸਲਮਾਨਾਂ ਨੂੰ ਕਹਾਂਗੇ ਪੰਜ ਨਮਾਜ਼ੀ ਪੱਕੇ ਮੁਸਲਮਾਨ ਬਣੋ, ਤੁਹਾਡੇ ਨਾਲ ਖੜੇ ਆ। ਸੋ ਸਰਬੱਤ ਦੇ ਭਲੇ ਵਾਲੀ ਕੌਮ ਨੂੰ ਇੱਕ ਪਾਸੇ ਧੱਕ ਕੇ ਪੱਖਵਾਦੀ ਆਤੰਕਵਾਦੀ ਖਾਲਿਸਤਾਨੀ ਇਹ ਤਾਂ ਡਰਾਉਂਦੇ ਆ, ਇਹ ਤਾਂ ਸਾਜਿਸ਼ਾਂ ਘੜਦੇ ਆ। ਸੋ ਇੱਕ ਤਾਂ ਗੱਲ ਇੱਥੇ ਆ ਕੇ ਖਤਮ ਹੁੰਦੀ ਹੈ, ਦੂਜੀ ਸਾਡੀ ਸਭ ਤੋਂ ਵੱਡੀ ਤ੍ਰਾਸਦੀ ਕੀ ਰਹੀ ਹੈ? ਅੱਜ ਲੋਕਾਂ ਦਾ ਸੰਘਰਸ਼ ਆ, ਹਮੇਸ਼ਾ ਬੜੇ ਸੰਘਰਸ਼ ਪੰਜਾਬ ਨੇ ਪੈਦਾ ਕੀਤੇ ਆ, ਇਹ ਗੱਲ ਆਪਾਂ ਸਮਝੀਏ। ਪੰਜਾਬ ਨੇ ਰੀਸੈਂਟ ਆਪਾਂ ਹੁਣੇ ਜੇ ਆਪਾਂ ਗੱਲ ਕਰੀਏ ਸਰਬੱਤ ਖਾਲਸਾ ਬਰਗਾੜੀ ਦਾ ਮੋਰਚਾ, ਵੱਡੇ ਵੱਡੇ ਮੋਰਚੇ ਲੱਗੇ ਆ, ਪਰ ਸਾਡੇ ਹੱਥ ਲੱਗੀ ਨਿਰਾਸ਼ਤਾ। ਕਿਉਂ? ਕਿਉਂਕਿ ਅਸੀਂ ਲੋਕਾਂ ਦਾ ਸੰਘਰਸ਼ ਪੈਦਾ ਹੁੰਦਾ, ਲੋਕਾਂ ਚ ਉਭਾਰ ਆਉਂਦਾ, ਪਰ ਉਹ ਸੰਘਰਸ਼ ਅੱਗੇ ਆਗੂਆਂ ਦੇ ਹੱਥ ਚ ਫੜਾ ਦਿੰਦੇ ਆ, ਤੇ ਉਹ ਲੋਕਾਂ ਦੇ ਸੰਘਰਸ਼ ਤੋਂ ਆਗੂਆਂ ਦਾ ਸੰਘਰਸ਼ ਬਣ ਜਾਂਦਾ, ਮੁੜ ਕੇ ਉਹ ਆਗੂਆਂ ਨੂੰ ਤੇ ਦਬਾਅ ਵੀ ਪੈਂਦਾ, ਉਹਨਾਂ ਨੂੰ ਡਰਾਇਆ ਵੀ ਜਾਂਦਾ, ਉਹਨਾਂ ਨੂੰ ਲਾਲਚ ਵੀ ਦਿੱਤੇ ਜਾਂਦੇ ਆ, ਤੇ ਉਹ ਆਗੂ ਆਪਦੇ ਹਿਸਾਬ ਨਾਲ ਆਪਦੇ ਟੀਚੇ ਮਿਥ ਲੈਂਦੇ ਆ, ਤੇ ਉਹ ਟੀਚੇ ਮਿਥ ਕੇ ਉਹਨੂੰ ਹੀ ਪ੍ਰਾਪਤੀ ਮੰਨੀ ਬੈਠੇ ਰਹਿੰਦੇ ਆ। ਜਿਵੇਂ ਬਰਗਾੜੀ ਵੇਲੇ ਹੋਇਆ, ਜਿਹੜੇ ਉਸ ਵੇਲੇ ਦੇ ਆਗੂ ਸੀ ਉਹ ਇਹ ਮੰਨਦੇ ਆ ਵੀ ਸਾਡੀ ਬਹੁਤ ਵੱਡੀ ਪ੍ਰਾਪਤੀ ਸੀ ਉਸ ਮੋਰਚੇ ਚੋਂ, ਪਰ ਕੌਮ ਜਾਂ ਲੋਕ ਇਹ ਮੰਨਦੇ ਆ ਜਾਂ ਉਹਨਾਂ ਦੇ ਹੱਥ ਨਿਰਾਸ਼ਾ। ਵੈਸੇ ਕੋਈ ਸਪੀਕਰ ਤਾਂ ਹੈ ਨਹੀਂ, ਨਾ ਹੀ ਸਾਨੂੰ ਸਪੀਚਾਂ ਦਾ ਵਾਲਾ, ਪਰ ਕੁਛ ਗੱਲਾਂ ਤੁਹਾਡੀਆਂ ਆਮ ਜਿਹੀਆਂ ਗੱਲਾਂ ਸੇਜਾਂ ਨਹੀਂ, ਆਮ ਜਿਹੀਆਂ ਗੱਲਾਂ ਕਰਾਂਗੇ ਕਿ ਅਸੀਂ ਤਾਂ ਹੁਣ ਮਹੀਨੇ ਡੇਢ ਮਹੀਨੇ ਤੋਂ ਇਕੱਠੇ ਹੋ ਗਏ, ਅਸੀਂ ਤੇ ਇਹੀ ਸੋਚਿਆ ਕਿ ਪੰਜਾਬ ਦੇ ਲਈ ਜੋ ਸਾਡੀਆਂ ਜ਼ਮੀਨਾਂ ਤੇ ਇਹ ਸੈਂਟਰ ਸਰਕਾਰਾਂ ਕਬਜ਼ਾ ਕਰਨ ਨੂੰ ਫਿਰਦੀਆਂ, ਅਸ ਤਾਂ ਇਹਨਾਂ ਦੇ ਲਈ ਲੜਾਂਗੇ, ਤੇ ਇਹ ਹੋਕਾ ਦੇਣਾ ਚਾਹੁੰਦੇ ਹਾਂ, ਹੋਕਾ ਦੇ ਰਹੇ ਹਾਂ ਸਾਰੇ ਨੌਜਵਾਨਾਂ ਦੇ ਵਿੱਚ ਜੋ
ਸਾਨੂੰ ਫੋਲੋ ਕਰਦੇ ਨੇ, ਸਾਡੇ ਗੀਤ ਸੁਣਦੇ ਨੇ, ਉਹਨਾਂ ਚ ਇਹ ਹੋਕਾ ਦੇ ਰਹੇ ਕਿ ਤੁਸੀਂ ਪਲੀਜ਼ ਘਰਾਂ ਤੋਂ ਬਾਹਰ ਨਿਕਲੋ, ਇਹ ਗੱਲਾਂ ਸਮਝ ਕੇ ਕਿ ਜੋ ਹੋ ਰਿਹਾ ਇਹ ਧੱਕਾ ਹੋ ਰਿਹਾ। ਬਹੁਤੇ ਲੋਕ ਇਹ ਸਮਝ ਗਏ, ਪਰ ਕੁਛ ਲੋਕ ਹਲੇ ਵੀ ਕਹਿੰਦੇ ਨੇ। ਆਮ ਜਿਹੀਆਂ ਗੱਲਾਂ ਜਿਹੜੀਆਂ ਮੈਂ ਕਰਦੀਆਂ ਉਹਨਾਂ ਚ ਸਭ ਤੋਂ ਜ਼ਰੂਰੀ ਗੱਲ ਹੈ ਜਿਹੜੀ ਉਹ ਇਹ ਹੈ ਕਿ ਸਾਨੂੰ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਜਦੋਂ ਦੇ ਅਸੀਂ ਇਹਨਾਂ ਧਰਨਿਆਂ 'ਚ ਜਾਣ ਲੱਗੇ ਹਾਂ, ਸਪੀਚਾਂ ਦੇ ਰਹੇ ਹਾਂ, ਸਾਨੂੰ ਸਭ ਤੋਂ ਆਮ ਫੋਨ ਜਿਹੜੇ ਆਉਂਦੇ ਉਹ ਇਹ ਹੈ ਕਿ ਬਾਈ ਕੀ ਬਣੂਗਾ, ਕੁਛ ਬਣੂਗਾ ਕਿ ਨਹੀਂ ਬਣੂਗਾ। ਤਾਂ ਅੱਗੋਂ ਜਵਾਬ ਵੀ ਆਪ ਹੀ ਦਿੰਦੇ ਨੇ ਕਿ ਯਾਰ ਮੁਸ਼ਕਿਲ ਹੀ ਲੱਗਦਾ। ਮੋਦੀ ਨੇ ਅੱਜ ਤੱਕ ਤਾਂ ਕੋਈ ਬਿੱਲ ਹੈ ਜਿਹੜਾ ਜਾਂ ਕਹੀ ਗੱਲ ਉਹ ਵਾਪਸ ਲਈ ਨਹੀਂ, ਮੁਸ਼ਕਿਲ ਹੀ ਲੱਗਦਾ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜ਼ਿੰਦਗੀ ਦੀ ਕੋਈ ਵੀ ਜੰਗ ਅਸੀਂ ਲੜਦੇ ਹਾਂ, ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ, ਕੋਈ ਵੀ ਜੰਗ ਅਸੀਂ ਸ਼ੁਰੂ ਕਰਦੇ ਹਾਂ ਤਾਂ ਅਸੀਂ ਇਹ ਸੋਚ ਕੇ ਨਹੀਂ ਲੜਦੇ, ਇਹ ਸੋਚ ਕੇ ਸ਼ੁਰੂ ਨਹੀਂ ਕਰਦੇ ਕਿ ਯਾਰ ਕੁਛ ਹੋਣਾ ਨਹੀਂ। ਨਿਰਾਸ਼ ਹੋ ਕੇ ਜ਼ਿੰਦਗੀ ਦੀ ਕਦੇ ਵੀ ਕੋਈ ਜੰਗ ਨਾ ਤਾਂ ਲੜੀ ਜਾਂਦੀ ਹੈ ਤੇ ਜਿੱਤੀ ਤਾਂ ਬਿਲਕੁਲ ਹੀ ਨਹੀਂ ਜਾਂਦੀ। ਤੇ ਜੇ ਅਸੀਂ ਹੁਣ ਇਹ ਸੋਚ ਕੇ ਘਰਾਂ 'ਚ ਬਹਿ ਗਏ ਕਿ ਹੋਣਾ ਕੁਛ ਨਹੀਂ, ਤਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੋਦੀ ਬੰਦਾ ਹੀ ਹੈ, ਕੋਈ ਰੱਬ ਨਹੀਂ। ਤੇ ਦੂਜੀ ਗੱਲ ਇਹ ਕਹਿਣੀ ਚਾਹੁੰਦਾ ਕਿ ਮੋਦੀ ਨੀਚ ਬੰਦਾ, ਉਹ ਨੀਚ ਬੰਦਾ ਜਿਹੜਾ ਧਰਮ ਦੇ ਨਾਂ ਤੇ ਰਾਜਨੀਤੀ ਕਰਦਾ, ਗਊ ਦੇ ਨਾਂ ਤੇ ਰਾਜਨੀਤੀ ਕਰਦਾ, ਲੋਕਾਂ ਦੇ ਨਾਂ ਤੇ ਰਾਜਨੀਤੀ ਕਰਦਾ। ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਕਿ ਮੋਦੀ ਕਿਸੇ ਧਰਮ ਦਾ ਸਗਾ ਨਹੀਂ, ਇਹ ਵੀ ਭੁੱਲ ਜਾਓ, ਆਪਣੇ ਦਿਮਾਗ ਦੇ ਵਿੱਚ ਆਪਣੇ ਦਿਲਾਂ ਦੇ ਵਿੱਚ ਵਸਾ ਕੇ ਰੱਖੋ, ਉਹ ਕਿਸੇ ਵੀ ਧਰਮ ਦਾ ਸਗਾ ਨਹੀਂ, ਜਿਹੜੇ ਧਰਮਾਂ ਦੀ ਹਮਾਇਤ ਕਰਦਾ ਸਗਾ ਉਹਨਾਂ ਦਾ ਵੀ ਨਹੀਂ, ਸਿਰਫ ਉਹਨੂੰ ਯੂਜ਼ ਕਰ ਰਿਹਾ। ਪਰ ਅਸੀਂ ਘੱਟ ਗਿਣਤੀ ਹੈ, ਪੰਜਾਬੀ ਸਿੱਖ ਅਸੀਂ ਘੱਟ ਗਿਣਤੀ ਹੈ, ਪਹਿਲਾਂ ਇਹਨੇ ਜੰਮੂ ਕਸ਼ਮੀਰ ਦੇ ਵਿੱਚ